محمد، ਪੰਜ ਨਾਰੇ ਪੰਜ ਤਨੀ ਸਵਾ ਲੱਖ ਨਾਰਾ ਹੈਦਰੀ ਯਾ ਅਲੀ ਮੌਲਾ ਅਲੀ ਮੁਸ਼ਕਿਲ ਕੁਛ ਹੱਕ ਹੈਦਰ ਯਾ ਹੈ ਹੱਕ ਹੈਦਰ ਯਾ ਹੱਕ ਹੈਦਰ ਯਾ ਹੈਦਰ ਰਹਿਮ ਮੇਰੀ ਸਰਕਾਰ ਗੁਲਾਮ ਹਾਜ਼ਰ ਹੈ ਹਾਂ ਬਈ ਸਾਰੀ ਸੰਗਤ ਗੱਜ ਕੇ ਆਖੋ ਲੱਖਾਂ ਦੇ ਦਾਤੇ ਪੀਰ ਦੀ ਬੋਲ ਬਾਬਾ ਹੈਦਰ ਸ਼ੇਖ ਸਦਰੂਦੀਨ ਬੋਲ ਗਿਆਨਵੇਂ ਸੱਚੀ ਸਰਕਾਰ ਬੋਲ ਖਵਾਜਾ ਪੀਰ ਬੋਲ ਖਾਨ ਟੋਡਾ ਪੀਰ ਬੋਲ ਪੈਰੋ ਛੜੀਏ ਦੀ ਬੋਲ ਮਾਂ ਦੁਰਗਾ ਸ਼ਕਤੀ ਦੀ ਬੋਲ ਗੁਰੂ ਨਾਨਕ ਦੇਵ ਬੋਲ ਨਗਰ ਖੇੜੇ ਕੀ ਬੋਲ ਆਪਣੇ ਆਪਣੇ ਗੁਰੂ ਮਹਾਰਾਜ ਕੀ ਜੈਕਾਰਾ ਮਨਾਣਾ ਦੇਵੀ ਦਾ ਸ਼ੇਖ ਸਦਰੂ ਦੇ ਬੋਲ ਆਪਣੇ ਆਪਣੇ ਗੁਰੂ ਮਹਾਰਾਜ ਹਾਂ ਬਈ ਐਸੇ ਹੁਕਮ ਪੀਰ ਪਾਤਸ਼ਾਹ ਦਾਤੇ ਲੋਕਾਂ ਦੇ ਮਾਲਕ ਦੇ ਸੱਚੀ ਦਰਗਾਹ 'ਚ ਹੋਈਆਂ ਸੰਗਤਾਂ ਲਈ ਬਾਬਾ ਕਹਿੰਦਾ ਆਈ ਸੰਗਤ ਦੀਆਂ ਚੌਂਕੀਆਂ ਐਸੇ ਮਾਲਕ ਦੇ ਹੁਕਮ ਬਾਬਾ ਕਹਿੰਦਾ ਆਈ ਸੰਗਤ ਦੀਆਂ ਹਾਈ ਦੀਆਂ ਦੁੱਧ ਆਲ ਨੂੰ ਦੁੱਧ ਪੁੱਤਾਂ ਨੂੰ ਪੁੱਤ ਨਾਮ ਨਾਮਾ ਕਿਹਨੂੰ ਮਿਲਣਾ ਫਿਰ ਬੋਲੋ ਅੱਜ ਤਾਂ ਬੰਦੇ ਆਪਾਂ 25 ਤੀਕ ਬੈਠੇ ਯਾਰ ਮੁਸ਼ਕਿਲ ਨਾਲ 100-150 ਬੰਦਾ ਬੈਠਾ ਹੋਊਗਾ ਠੰਡ ਦਾ ਟਾਈਮ ਹੈ ਅੱਜ ਤਾਂ ਖੁੱਲ੍ਹ ਕੇ ਬੋਲਿਆ ਕਰੋ ਕਿਹਨੂੰ ਮਿਲਣਾ ਔਰ ਨਹੀਂ ਇਹ ਸਾਫ਼ ਕਿਹਦੀ ਹੋਣੀ ਹੈ ਜਿਹੜਾ ਕਿਸੇ ਦਾ ਬਣ ਗਿਆ ਰੌਲਾ ਕਿਸੇ ਦਾ ਬੰਦ ਦੀ ਅੱਜ ਦਾ ਭੰਡਾਰਾ ਮਨਜ਼ੂਰ ਹੈ ਕੌਣ ਭੰਡਾਰਾ ਖੜੇ ਜਾਓ ਪੀਰ ਪਾਤਸ਼ਾਹ ਦਾਤੇ ਲੋਕਾਂ ਦੇ ਮਾਲਕ ਦੇ ਸੱਚੀ ਦਰਗਾਹ ਚੋਂ ਬਾਬਾ ਕਹਿੰਦਾ ਅੱਜ ਦਾ ਭੰਡਾਰਾ ਮਨਜ਼ੂਰ ਹੈ ਜੋ ਤਿਲ ਫੁੱਲ ਲਾਤਾ ਦਾਣੇ ਦਾਣੇ ਤੇ ਮੋਹਰ ਲੱਗ ਗਈ ਜਿਹੜਾ ਖਾ ਗਿਆ ਉਹ ਵੀ ਤਰ ਗਿਆ ਜਿਹੜਾ ਸੇਵਾ ਕਰ ਗਿਆ ਉਹ ਵੀ ਤਰ ਗਿਆ ਜਿਹੜਾ ਲਾ ਗਿਆ ਪੀਰ ਕਹਿੰਦਾ ਉਹ ਵੀ ਤਰਤਾ ਹਾਂਜੀ ਕਿਹਨੂੰ ਤਰਦਾ ਫਿਰ ਉੱਥੇ ਆਪਾਂ
ਨੀਅਤ ਸਾਹਿਬ ਨੂੰ। ਜੋ ਘਰ ਦੇ ਵਿੱਚ ਰੋਟੀ ਬਣਦੀ ਹੈ ਨਾ, ਆਪਾਂ ਖਾਂਦੇ ਹਾਂ ਸਾਰੇ, ਉਹ ਵੀ ਭੰਡਾਰਾ ਹੀ ਹੈ। ਕੋਈ ਜ਼ਰੂਰੀ ਨਹੀਂ ਹੈਗਾ ਵੀ ਇੱਥੇ ਭੰਡਾਰਾ ਲੱਗ ਰਿਹਾ, ਉਹ ਵੀ ਬਹੁਤ ਵਾਰ ਦੱਸਿਆ ਮੈਨੇ। ਜੇ ਘਰ ਦੇ ਵਿੱਚ ਸਭ ਕੁਛ ਹੋਊਗਾ, ਗੈਸ ਸਟੋਵ ਹੋਊਗਾ, ਨਮਕ ਮਿਰਚ ਮਸਾਲਾ ਸਬਜ਼ੀ ਹਲਦੀ ਸਭ ਕੁਛ ਹੋਊਗਾ, ਲੇਕਿਨ ਰੋਟੀ ਕਦੋਂ ਬਣੂਗੀ? ਜਦੋਂ ਦੀ ਰਜਾ ਹੋਊਗੀ। ਨਹੀਂ, ਕੋਈ ਜੇਲ੍ਹ 'ਚ ਬੈਠਾ ਤੇ ਕੋਈ ਹੋਸਪਿਟਲ 'ਚ ਬੈਠਾ, ਰੋਟੀ ਬਣਦੀ ਕਦੋਂ ਹੈ? ਜਦੋਂ ਦੀ ਰਜਾ ਹੁੰਦੀ ਹੈ। ਜਿਹੜੀ ਚੀਜ਼ ਉਹਦੀ ਰਜਾ ਨਾਲ ਬਣੀ ਉਹ ਲੰਗਰੀ ਹੈ, ਭੰਡਾਰਾ ਹੀ ਹੈ। ਹਾਂਜੀ, ਕਿੱਥੋਂ ਦੀ ਬੈਗ ਤੁਹਾਡੀ? ਪੁਰਾਣੇ ਬਜ਼ੁਰਗ ਪਾਕਿਸਤਾਨ ਦੇ, ਔਰ ਕੁਲ ਦੇ ਵੀ ਕਿਹੜੀ ਹੈ? ਬੱਚਿਆਂ ਦੇ ਬਾਗ ਚ ਉਤਾਰਦੇ ਹੋ? ਮੁੰਡੇ ਨੂੰ ਚੋਰੀ ਦੇ ਜਾ ਬਜਾਜ। ਕੁਸ਼ਲਿਆ ਜੀ ਮੌਜੂਦ ਨੇ? ਕਿਹੜੀ ਜਗ੍ਹਾ ਨੇ? ਤੁਸੀਂ ਸਕੇ ਨਾਲੋਂ ਵੱਧ ਮੰਨਦੇ ਹੋ ਪੁਸ਼ਪਾ ਨੂੰ? ਉਹ ਕਿਹੜੀ ਜਗ੍ਹਾ ਨੇ ਜੀ? ਉਹ ਲੋਕਾਂ ਨਾਲ ਵੀ ਪੁਸ਼ਪਾ ਉਹ ਹੈਗੇ ਨੇ ਤੇ ਦੂਸਰੇ ਜਿਹੜੀ ਤੁਹਾਡੀ ਸਾਲੀ ਆ ਉਹ ਹੈਗੀ ਪੁਸ਼ਪਾ।
ਜਹਾਜ ਲੱਗਦਾ ਹੈ ਕੋਈ ਲੁਥਰਾ ਫੈਮਿਲੀ ਲੁਥਰਾ ਕਿਹੜੀ ਜਗ੍ਹਾ ਜੀ ਹੈਲੋ ਹੈਗੀ ਹੈ ਕੋਈ ਪਵਨ ਪਵਨ ਦਾ ਬੇਟਾ ਹੈ